ਸਤਿ ਸ਼੍ਰੀ ਅਕਾਲ, ਦੈਨਿਕ ਸਵੇਰਾ ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਚੰਡੀਗੜ੍ਹ ਦੇ ਵਿੱਚ ਕਾਂਗਰਸ ਪਾਰਟੀ ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਦੱਸ ਦਈਏ ਕਿ ਰਾਜਾ ਵੜਿੰਗ ਅਤੇ ਕਾਂਗਰਸ ਪ੍ਰਭਾਰੀ ਦਵਿੰਦਰ ਯਾਦਵ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋਵੇਗੀ। ਵੱਡੇ ਲੀਡਰ ਜਿਹੜੇ ਨੇ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਗੇ ਅਤੇ ਇਸੇ ਤੇ ਹੀ ਜ਼ਿਆਦਾ ਜਾਣਕਾਰੀ ਲੈ ਲੈਂਦੇ ਹਾਂ ਮੇਰੇ ਸਹਿਯੋਗੀ ਦਿਨੇਸ਼ ਤੋਂ। ਜੀ ਦਿਨੇਸ਼, ਵੱਡੀ ਮੀਟਿੰਗ ਹੋਣ ਜਾ ਰਹੀ ਹੈ, ਕੀ ਰੂਪ ਰੇਖਾ ਹੋਵੇਗੀ ਇਸ ਮੀਟਿੰਗ ਦੀ? ਜੀ, ਇਹ ਜਿਹੜੀ ਮੀਟਿੰਗ ਹੈਗੀ ਹੈ ਇਹ ਲੋਕ ਸਭਾ ਚੁਣਾਵ ਦੇ ਉਮੀਦਵਾਰਾਂ ਦੇ ਸੰਬੰਧ ਵਿੱਚ ਇਹ ਮੀਟਿੰਗ ਹੈਗੀ ਹੈ। ਇਹ ਮੀਟਿੰਗ ਕਾਂਗਰਸ ਉਮੀਦਵਾਰਾਂ ਦੇ ਸੰਬੰਧ ਵਿੱਚ ਹੈ ਔਰ ਇਸ ਮੀਟਿੰਗ ਵਿੱਚ ਇਹ ਡਿਸਾਈਡ ਕਰਨਾ ਹੈ ਕਿ ਕਿਹੜੇ ਕਹਿੰਦੇ ਲੋਕ ਸਭਾ ਖੇਤਰ ਵਿੱਚ, ਪੰਜਾਬ ਦੇ ਕਿਹੜੇ ਲੋਕ ਸਭਾ ਖੇਤਰ ਵਿੱਚ ਕਿਸ ਉਮੀਦਵਾਰ ਨੂੰ ਉਤਾਰਿਆ ਜਾਵੇ ਤਾਂ ਕਿ ਉਹ ਜੇਤੂ ਰਹਿ ਸਕੇ। ਉਸ ਸੰਬੰਧ ਵਿੱਚ ਚਰਚਾ ਹੋਏਗੀ। ਇਸ ਚਰਚਾ ਦੇ ਦੌਰਾਨ ਜਿੰਨੇ ਵੀ ਨਾਮ ਹੈ ਉਹਨਾਂ ਸਭ ਦੇ ਉੱਤੇ ਡਿਸਕਸ਼ਨ ਕਰਨ ਤੋਂ ਬਾਅਦ ਦੋ ਦੋ ਨਾਮਾਂ ਦੀ ਸੂਚੀ ਜਿਹੜੀ ਹੈ, 13 ਲੋਕ ਸਭਾ ਖੇਤਰ ਹੈ ਤਾਂ 26 ਉਮੀਦਵਾਰਾਂ ਦੀ ਜਿਹੜੀ ਸੂਚੀ ਹੈ ਉਹ ਅੱਜ ਕਾਂਗਰਸ ਹਾਈ ਕਮਾਂਡ ਨੂੰ ਭੇਜਣ ਦੀ ਉਮੀਦ ਹੈ। ਵੀ ਇਹ ਕਿਹਾ ਜਾ ਰਿਹਾ ਵੀ ਜਿਹੜੀ ਅੱਜ ਦੀ ਮੀਟਿੰਗ ਹੈ ਇਹ ਲਾਸਟ ਮੀਟਿੰਗ ਹੈ ਉਮੀਦਵਾਰਾਂ ਦੀ ਜਿਹੜੀ ਸਿਲੈਕਸ਼ਨ ਨੂੰ ਲੈ ਕੇ। ਇਸ ਤੋਂ ਬਾਅਦ ਜਿਹੜੀ ਬੋਲ ਹੈ ਉਹ ਕਾਂਗਰਸ ਹਾਈ ਕਮਾਂਡ ਦੇ ਪਾਲੇ ਵਿੱਚ ਚਲੀ ਜਾਣੀ ਹੈ। ਅੱਜ ਦੋ ਦੋ ਨਾਮਾਂ ਦੀ ਫਾਈਨਲ ਜਿਹੜੀ ਸੂਚੀ ਹੈ ਉਹ ਭੇਜਣ ਦੀ ਜਿਹੜੀ ਹੈ ਉਹ ਗੱਲ ਕੀਤੀ ਜਾ ਰਹੀ ਹੈ। ਇਸ ਮੀਟਿੰਗ ਦੇ ਵਿੱਚ ਕੌਣ ਕੌਣ ਸ਼ਾਮਿਲ ਹੋ ਸਕਦਾ? ਇਸ ਜਿਹੜੀ ਇਹ ਮੀਟਿੰਗ ਹੈਗੀ ਹੈ ਜਿਹੜੇ ਪੰਜਾਬ ਦੇ ਪ੍ਰਭਾਰੀ ਹੈ ਦਵਿੰਦਰ ਯਾਦਵ ਜੀ ਉਹ ਇਹ ਮੀਟਿੰਗ ਜਿਹੜੀ ਹੈ ਉਹ ਲੈਣਗੇ। ਉਹਨਾਂ ਦੀ ਅਧਿਕਸ਼ਤਾ ਵਿੱਚ ਇਹ ਜਿਹੜੀ ਹੈ ਮੀਟਿੰਗ ਹੋਏਗੀ ਔਰ ਰਾਜਾ ਵੜਿੰਗ ਸਾਹਿਬ ਵੀ ਇਸ ਮੀਟਿੰਗ ਵਿੱਚ ਜਿਹੜੇ ਹੈ ਪ੍ਰੈਜੈਂਟ ਰਹਿਣਗੇ। ਇਸ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਜਿਹੜੇ ਸੀਨੀਅਰ ਲੀਡਰ ਹੈ ਪੰਜਾਬ ਦੇ ਉਹ ਵੀ ਇਸ ਮੀਟਿੰਗ 'ਚ ਸ਼ਾਮਿਲ ਰਹਿਣਗੇ। ਹਾਲਾਂਕਿ ਇਹ ਵੀ ਉਮੀਦ ਵਿਅਕਤ ਕੀਤੀ ਜਾ ਰਹੀ ਹੈ ਵੀ ਉਮੀਦਵਾਰ ਜਿਹੜੇ ਉਮੀਦਵਾਰ ਹੈਗੇ ਆ ਉਹਨਾਂ ਦੇ ਨਾਲ ਵੀ ਅੱਜ ਗੱਲਬਾਤ ਕੀਤੀ ਜਾ ਸਕਦੀ ਹੈ। ਉਹ ਵੀ ਸ਼ਾਇਦ ਇਸ ਮੀਟਿੰਗ ਵਿੱਚ ਭਾਗ ਲੈਣਗੇ। ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਵੀ ਜਦੋਂ ਉਹ ਮੀਟਿੰਗ 'ਚ ਭਾਗ ਨਹੀਂ ਲੈਣਗੇ ਤਾਂ ਕਾਂਗਰਸ ਭਵਨ 'ਚ ਜ਼ਰੂਰ ਉਹ ਹਾਜ਼ਰ ਰਹਿਣਗੇ। ਜੀ, ਤਮਾਮ ਜਾਣਕਾਰੀ ਦੇਣ ਲਈ ਧੰਨਵਾਦ। ਤਾਂ ਚੰਡੀਗੜ੍ਹ ਦੇ ਵਿੱਚ ਕਾਂਗਰਸ ਪੰਜਾਬ ਦੀ ਜਿਹੜੀ ਹੈ ਉਹ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਦੱਸ ਦਈਏ ਕਿ ਪੀਪੀਸੀ ਪ੍ਰਧਾਨ ਰਾਜਾ ਵੜਿੰਗ ਅਤੇ ਪੰਜਾਬ ਪ੍ਰਭਾਰੀ ਦਵਿੰਦਰ ਯਾਦਵ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋਵੇਗੀ। ਦੱਸ ਦਈਏ ਕਿ ਲੋਕ ਸਭਾ ਚੋਣਾਂ 1 ਜੂਨ ਨੂੰ ਹੋਣੀਆਂ ਨੇ ਅਤੇ ਇਸੀ ਨੂੰ ਲੈ ਕੇ ਸਾਰੀਆਂ ਪਾਰਟੀਆਂ ਦੇ ਵੱਲੋਂ ਜਿਹੜੀਆਂ ਤਿਆਰੀਆਂ ਨੇ ਉਹ ਖਿੱਚ ਲੀਆਂ ਗਈਆਂ ਨੇ ਅਤੇ ਇਸੀ ਨੂੰ ਲੈ ਕੇ ਜਿਹੜਾ ਅੱਜ ਕਾਂਗਰਸ ਪਾਰਟੀ ਦੇ ਵੱਲੋਂ ਜਿਹੜੀ ਮੀਟਿੰਗ ਕੀਤੀ ਜਾਣੀ ਹੈ। ਕਿਹਾ ਜਾ ਰਿਹਾ ਕਿ ਜਿਹੜੇ ਅੰਤਿਮ ਉਮੀਦਵਾਰਾਂ ਦੇ ਨਾਮ ਹੈ ਉਹਨਾਂ ਦੀ ਰੂਪ ਰੇਖਾ ਜਿਹੜੀ ਹੈ ਉਹ ਤਿਆਰ ਹੋਵੇਗੀ, ਜਿਸ ਦੀ ਲਿਸਟ ਹਾਈ ਕਮਾਂਡ ਨੂੰ ਭੇਜੀ ਜਾਣੀ ਹੈ ਅਤੇ ਕਿਸੇ ਵੀ ਵੇਲੇ ਵੀ ਜਿਹੜਾ ਕਿਹਾ ਜਾ ਸਕਦਾ ਹੈ ਕਿ ਜਿਹੜੇ ਨਵੇਂ ਉਮੀਦਵਾਰ ਨੇ ਉਹ ਕਾਂਗਰਸ ਪਾਰਟੀ ਆਪਣੇ ਐਲਾਨ ਸਕਦੀ ਹੈ ਅਤੇ ਇਸੀ ਨੂੰ ਲੈ ਕੇ ਜਿਹੜਾ ਅੱਜ ਚੰਡੀਗੜ੍ਹ ਦੇ ਵਿੱਚ ਅਹਿਮ ਮੀਟਿੰਗ ਰੱਖੀ ਗਈ ਹੈ, ਜਿਸ ਦੇ ਵਿੱਚ ਕਾਂਗਰਸ ਦੇ ਤਮਾਮ ਜਿਹੜੇ ਨੇਤਾ ਨੇ ਉਹ ਮੌਜੂਦ ਰਹਿਣਗੇ। ਪੰਜਾਬ ਪ੍ਰਧਾਨ ਰਾਜਾ ਵੜਿੰਗ ਅਤੇ ਪ੍ਰਭਾਰੀ ਦਵਿੰਦਰ ਯਾਦਵ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋਵੇਗੀ। ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜੀ ਅਗਲੀ ਰਣਨੀਤੀ ਹੈ ਉਹ ਵੀ ਇਸ ਮੀਟਿੰਗ ਦੌਰਾਨ ਘੜੀ ਜਾ ਸਕਦੀ ਹੈ। ਦੱਸ ਦਈਏ ਕਿ ਚੋਣਾਂ ਦਾ ਬਿਗੁਲ ਵੱਜ ਗਿਆ ਅਤੇ ਸਾਰੀਆਂ ਪਾਰਟੀਆਂ ਦੇ ਵੱਲੋਂ ਜਿਹੜੀ ਕਮਰ ਹੈ ਉਹ ਕੱਸ ਲਈ ਗਈ ਹੈ ਤਾਂ ਇਸੀ ਨੂੰ ਲੈ ਕੇ ਜਿਹੜੀ ਉਹ ਅੱਜ ਕਾਂਗਰਸ ਦੇ ਵੱਲੋਂ ਅਹਿਮ ਮੀਟਿੰਗ ਜਿਹੜੀ ਹੈ ਉਹ ਚੰਡੀਗੜ੍ਹ ਦੇ ਵਿੱਚ ਸੱਦੀ ਗਈ ਹੈ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।